ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਡਵਿੰਡੀ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਵਿਖੇ ਪੰਜਾਬ ਸਰਕਾਰ ਦੀ ਮੁਹਿੰਮ ਅਧੀਨ ਇਲਾਕੇ ਦੇ MLA ਸਦਾਨਵਦੇਵ ਸਿੰਘ ਚੀਮਾ ਵੱਲੋਂ ਪਲੱਸ 2 ਦੀਆਂ ਵਿਦਿਆਰਥਣਾਂ ਨੂੰ ਸਮਾਰਟ ਫੋਨ ਵੰਡੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਆਸ਼ਾ ਰਾਣੀ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਸਰਦਾਰ ਚੀਮਾ ਨੂੰ ਗੁਲਦਸਤਾ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਰਦਾਰ ਚੀਮਾ ਨੇ ਬੋਲਦਿਆਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦਿਆਂ ਤਹਿਤ ਅੱਜ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਸਾਡੀਆਂ ਬੱਚਿਆਂ ਨੂੰ ਸਮਾਰਟਫੋਨ ਵੰਡੇ ਜਾ ਰਹੇ ਹਨ ਤਾਂ ਜੋ ਬੱਚਿਆਂ ਵੱਲੋਂ ਕੀਤੀ ਜਾ ਰਹੀ ਆਨਲਾਈਨ ਪੜ੍ਹਾਈ ਵਿੱਚ ਕਿਸੇ ਵੀ ਕਿਸਮ ਦੀ ਤੰਗੀ ਨਾ ਆ ਸਕੇ। ਅੱਜ ਜਿਹੜਾ ਇਹ ਜਿਹੜੇ ਮੋਬਾਈਲ ਫੋਨ ਵੰਡਣ ਦੀ ਜਿਹੜੀ ਕੜੀ ਆ ਉਹਨੂੰ ਅੱਗੇ ਵਧਾਉਂਦੇ ਹੋਏ ਪਿੰਡ ਡਵਿੰਡੀ ਦੇ ਵਿੱਚ ਜਿਹੜੇ ਫੋਨ ਸਮਾਰਟਫੋਨ ਵੰਡੇ ਗਏ ਕੈਪਟਨ ਸਾਹਿਬ ਮੁੱਖ ਮੰਤਰੀ ਸਾਹਿਬ ਵੱਲੋਂ ਅਤੇ ਉਹਦੇ ਨਾਲ ਦੀ ਨਾਲ ਜਿਹੜਾ ਸਾਡੇ ਹੁਣ ਜਿਹੜਾ ਇੰਨਾ ਵੱਡਾ ਧੱਕਾ ਕਾਲੇ ਦਿਨ ਪੰਜਾਬ ਦੇ ਵਿੱਚ ਨਹੀਂ ਹਰਿਆਣੇ ਦੇ ਸਾਰੇ ਵਿੱਚ ਇਹ ਸੈਂਟਰ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਆ ਉਹਨੂੰ ਸੰਘਰਸ਼ ਨੂੰ ਹੋਰ ਤੇਜ਼ ਕਰਨ ਔਰ ਸਾਥ ਦੇਣ ਲਈ ਸ਼੍ਰੀ ਰਾਹੁਲ ਗਾਂਧੀ ਜੀ ਕੱਲ੍ਹ ਤੋਂ ਆ ਰਹੇ 3 ਦਿਨ ਦੇ ਦੌਰੇ 'ਤੇ ਔਰ ਰਾਹੁਲ ਗਾਂਧੀ ਜੀ ਉਹ ਆ ਜਿਹੜੇ ਸਦਾ ਗਰੀਬਾਂ ਨਾਲ ਖਲੋਂਦੇ ਆ ਜਿਹੜੇ ਸਦਾ ਕਿਸਾਨੀ ਨਾਲ ਹਰ ਬੰਦੇ ਨਾਲ ਅਤੇ ਮੋਦੀ ਜੀ ਉਹ ਆ ਜਿਹੜੇ ਕਾਰਪੋਰੇਟ ਘਰਾਣਿਆਂ ਨਾਲ ਖਲੋਂਦੇ ਆ ਇੰਨਾ ਫਰਕ ਹੈ ਇਸ ਕਰਕੇ ਰਾਹੁਲ ਜੀ ਨੂੰ ਦੁੱਖ ਮਨ 'ਚ ਆ ਅਤੇ ਉਹ ਸਾਥ ਦੇਣ ਆ ਰਿਹਾ ਔਰ ਵਧੀਆ ਜਿਹੜਾ ਉਹ ਇੱਕ ਮੋਮੈਂਟਮ ਬਣੂਗਾ ਇੱਕ ਸੰਘਰਸ਼ ਤੇਜ਼ ਹੋਊਗਾ ਫੇਰ ਹੀ ਫਰਕ ਪੈਣਾ। ਇਸ ਮੌਕੇ ਤੇ 81 ਦੇ ਕਰੀਬ ਵਿਦਿਆਰਥੀਆਂ ਨੂੰ ਇਹ ਸਮਾਰਟਫੋਨ ਵੰਡੇ ਗਏ ਜਿਸ ਤੇ ਬੋਲਦਿਆਂ ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਸਾਡੇ ਸਕੂਲ ਵਿੱਚ ਮੋਬਾਈਲ ਫੋਨ ਵੰਡੇ ਗਏ ਹਨ। ਸੋ ਅੱਜ ਕੱਲ੍ਹ ਆਨਲਾਈਨ ਪੜ੍ਹਾਈ ਚੱਲਦੀ ਪਈ ਹੈ, ਇਸ ਲਈ ਸਾਨੂੰ ਮੋਬਾਈਲ ਫੋਨ ਦੀ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਆ। ਅਸੀਂ ਸਾਰੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਮੋਬਾਈਲ ਫੋਨ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਵੰਡੇ ਹਨ। ਅੰਤ ਵਿੱਚ ਚੇਅਰਮੈਨ ਰਮੇਸ਼ ਡਵਿੰਡੀ, ਪ੍ਰਿੰਸੀਪਲ ਆਸ਼ਾ ਰਾਣੀ ਅਤੇ ਸਮੂਹ ਸਟਾਫ ਵੱਲੋਂ ਪੰਜਾਬ ਸਰਕਾਰ ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਬੱਚਿਆਂ ਨੂੰ ਅੱਜ ਦੇ ਯੁੱਗ 'ਚ ਲੋੜ ਬਹੁਤ ਹੈ। ਜਿੱਥੇ ਅਸੀਂ ਦੇਖਦੇ ਹਾਂ ਕਿ ਆਨਲਾਈਨ ਸਟੱਡੀ ਹੈ ਉਹਦੇ ਵਿੱਚ ਇਹ ਸਭ ਤੋਂ ਜ਼ਿਆਦਾ ਬੱਚਿਆਂ ਲਈ ਪ੍ਰਭਾਵਿਤ ਹੋਣਗੇ ਔਰ ਇਹਨਾਂ ਬੱਚਿਆਂ ਜ਼ਰੂਰਤ ਬਹੁਤ ਸੀ ਬੋਰਡ ਦੀ ਕਲਾਸ ਹੈ। ਮੈਂ ਉਮੀਦ ਕਰਦੀ ਹਾਂ ਕਿ ਸਰਕਾਰ ਵੱਲੋਂ ਇੱਦਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਔਰ ਬੱਚਿਆਂ ਨੂੰ ਹਜੇ ਆੜੇ ਨੇ ਮੋਬਾਈਲ ਅਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕੈਪਟਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ। ਪੰਜਾਬ ਦਰਪਨ ਨਿਊਜ਼ ਲਈ ਸਿਮਰਨਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ।